ਬਾਲਕ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ ਉੱਥੇ ਅਸੀਂ ਜੁੰਦੇ ਪਹਿਲੇ ਹਫਤੇ 1984 ਵਿੱਚ ਹੋਏ ਕੱਲੂਘਾਰੇ ਦੇ ਸੰਬੰਧ ਵਿੱਚ ਉਸ ਕੱਲੂਘਾਰੇ ਦੀ ਯਾਦ ਨੂੰ ਮਨਾਉਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਮੈਨੇ ਅਰਦਾਸ ਹੋਈ ਹੈ ਮੈਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀਆਂ ਸਮੂਹ ਨਾਨਕ ਨਾਮ ਨਿਵਾਸਿਕ ਸੰਗਤਾਂ ਨੂੰ ਖਾਲਸਾ ਪੰਥ ਨੂੰ ਵਧਾਈਆਂ ਦੇਣਾ ਉੱਥੇ ਹੀ 6 ਜੂਨ 1984 ਨੂੰ ਜੋ ਦੁਖਾਂਤ ਵਾਪਰਿਆ ਸਤਿਸੰਗ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਹਿਤ 35-36 ਗੁਰਦੁਆਰੇ ਸਾਹਿਬਾਨ ਦੇ ਉੱਤੇ ਉਸ ਵਕਤ ਦੀ ਭਾਰਤੀ ਹਕੂਮਤ ਨੇ ਹਮਲਾ ਕੀਤਾ ਔਰ ਇਸ ਹਮਲੇ ਦੇ ਵਿੱਚ ਸਾਡੀ ਕੌਮ ਦੇ ਬਹੁਤ ਹੀ ਮਹਾਨ ਜਰਨੈਲ ਸੂਰਬੀਰ ਯੋਧੇ ਸਨ ਜਰਨੈਲ ਸਿੰਘ ਜੀ ਢਿੰਗਰਾ ਵਾਲੇ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਸ਼ਹੀਦ ਬਾਬਾ ਅਠਾਰਾ ਸਿੰਘ ਜੀ ਸ਼ਹੀਦ ਜਨਰਲ ਸੁਦੇਖ ਸਿੰਘ ਜੀ ਉਹਨਾਂ ਦੀ ਅਸੀਂ ਸ਼ਹੀਦੀ ਨੂੰ ਯਾਦ ਕਰਨ ਵਾਸਤੇ ਇਕੱਠੇ ਹੋਏ ਹਾਂ ਇਹਨਾਂ ਦੇ ਨਾਲ ਹੀ ਬਹੁਅੰਤ ਸਿੰਘਾਂ ਸਿੰਘਣੀਆਂ ਬਜ਼ੁਰਗ ਬੱਚਿਆਂ ਨੇ ਇਸ ਦਿਨ ਦੇ ਉੱਤੇ ਸ਼ਹਾਦਤਾਂ ਜਿਹੜੀਆਂ ਉਹ ਦਿੱਤੀਆਂ ਸਿੱਖ ਮਾਨਸਿਕਤਾ ਦੇ ਉੱਤੇ ਇਹ ਹਮਲਾ ਸੀ ਜਿਹੜਾ 1984 ਦੇ ਵਿੱਚ ਹੋਇਆ ਔਰ ਇਹਦੀ ਪੀੜ ਜਿਹੜੀ ਹੈ ਇਹ ਰਹਿੰਦੀ ਦੁਨੀਆ ਤੱਕ ਸਿੱਖ ਕਦੇ ਭੁਲਾ ਨਹੀਂ ਸਕਣਗੇ ਹਮੇਸ਼ਾ ਹੀ ਇਸ ਕੱਲੂਘਾਰੇ ਨੂੰ ਯਾਦ ਰੱਖਿਆ ਜਾਏਗਾ ਔਰ ਯਾਦ ਰੱਖਿਆ ਜਾਂਦਾ ਹੈ ਅੱਜ ਵੱਡੀ ਤਾਦਾਦ ਵਿੱਚ ਭਾਵੇਂ ਲੋਕਡਾਊਨ ਕਾਰਨ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਜਿਹੜੀਆਂ ਨੇ ਉਹ ਆਇਦ ਕੀਤੀਆਂ ਗਈਆਂ ਨੇ ਪਰ ਫਿਰ ਵੀ ਸਿੱਖ ਸੰਗਤਾਂ ਦੇ ਮਨਾਂ ਦੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਦਾਰਿਆਂ ਦੀ ਤਮੰਨਾ ਹੈ ਲਾਲਸਾ ਹੈ ਤਾਂਘ ਹੈ ਔਰ ਉਸ ਤਾਂਘ ਨੂੰ ਪੂਰਾ ਕਰਨ ਵਾਸਤੇ ਸਿੱਖ ਅਰਦਾਸ ਵੀ ਕਰਦਾ ਹੈ ਆਪਣੇ ਧਾਰਮਿਕ ਅਸਥਾਨਾਂ ਦੇ ਖੁੱਲ੍ਹੇ ਦਰਸ਼ਨ ਦਾਰਿਆਂ ਦੀ ਅਤੇ ਉਸ ਤਾਂਘ ਨੂੰ ਪੂਰਾ ਕਰਨ ਵਾਸਤੇ ਔਰ ਸ਼ਹੀਦਾਂ ਸਿੰਘਾਂ ਨੂੰ ਨਤਮਸਤਕ ਹੋਣ ਵਾਸਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਅੱਜ ਬੇਅੰਤ ਸੰਗਤ ਜਿਹੜੀ ਹੈ ਉਹ ਦਰਬਾਰ ਸਾਹਿਬ ਵਿਖੇ ਨਹੀਂ ਆ ਸਕੀ ਪਰ ਜਿੰਨੀ ਵੀ ਆਈ ਹੈ ਸਾਰਿਆਂ ਦਾ ਹੀ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਅੱਜ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਅਸੀਂ ਪਹੁੰਚੇ ਔਰ ਇਹ ਸਿੱਖ ਮਾਨਸਿਕਤਾ ਦੇ ਉੱਤੇ ਹਮਲਾ ਇਹ ਹਮੇਸ਼ਾ ਹਮੇਸ਼ਾ ਤੱਕ ਯਾਦ ਰੱਖਣ ਮੈਂ ਉੱਥੇ ਵੀ ਕਿਹਾ ਆ ਕਿ ਇਹ ਰੋਕਾਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਪਰ ਸਾਡੀ ਜੇ ਅਸੀਂ ਇੱਕ ਹੋਈਏ ਇਕੱਠੇ ਹੋਈਏ ਰਲ ਮਿਲ ਕੇ ਬੈਠੀਏ ਤੇ ਸ਼ਾਇਦ ਇਹ ਰੋਕਾਂ ਜਿਹੜੀਆਂ ਨਾ ਲੱਗੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੈ ਪ੍ਰਧਾਨ ਜੀ ਬੈਠੇ ਨੇ ਇਹਨਾਂ ਨੂੰ ਸਿੰਘ ਸਾਹਿਬ ਇੱਕ ਜਿਹੜਾ ਬਹੁਤ ਸਾਰੇ ਚਲਾਨ ਜਿਹੜੇ ਨੇ ਕਰੋਨਾ ਦੇ ਨਾਂ ਦੇ ਉੱਤੇ ਕੱਟੇ ਜਾਂਦੇ ਨੇ ਕੀ ਸ਼ਾਇਦ ਮੈਨੂੰ ਲੱਗਦਾ ਕਿ ਸ਼ਰਾਬ ਦਾ ਘਾਟਾ ਜਿਹੜਾ ਸਰਕਾਰ ਨੇ ਚਲਾਨ ਕੱਟ ਕੇ ਲੋਕਾਂ ਤੋਂ ਪੂਰਾ ਕਰਨਾ ਹੈ ਸਾਕਾ ਲੀਲਾ ਤਾਰਾ ਦੇ ਬਾਰੇ ਵਿੱਚ ਅਗਲੀਆਂ ਪੀੜ੍ਹੀਆਂ ਨੂੰ ਦੱਸਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜਿਹਾ ਕੋਈ ਉਪਰਾਲਾ ਨਹੀਂ ਕੀਤਾ ਜਿਹਦੇ ਨਾਲ ਇਹਨਾਂ ਨੇ ਇੱਕ ਵਾਈਟ ਪੇਪਰ ਛਾਪਿਆ ਸੀ 1986-87 ਦੇ ਆਸ ਪਾਸ ਉਸ ਤੋਂ ਬਾਅਦ ਉਹਦੇ ਇੱਕੋ ਵਾਰੀ ਛਪਿਆ ਉਸ ਤੋਂ ਬਾਅਦ ਉਹ ਖਤਮ ਕਰ ਦਿੱਤਾ ਗਿਆ ਵੱਖਰੇ ਵੱਖਰੇ ਵਿਦਵਾਨਾਂ ਨੇ ਵੱਖਰੇ ਵੱਖਰੇ ਅੱਖੀਂ ਦੇਖਣ ਵਾਲਿਆਂ ਨੇ ਹੱਡੀ ਹੰਡਾਉਣ ਵਾਲਿਆਂ ਨੇ ਕਿਤਾਬਾਂ ਲਿਖੀਆਂ ਤੇ ਇੱਕ ਐਸਾ ਵਿਦਵਾਨਾਂ ਦਾ ਪੈਨਲ ਬਣਾ ਕੇ ਇਹਦੇ ਉੱਤੇ ਇੱਕ ਦਸਤਾਵੇਜ਼ ਤਿਆਰ ਹੋਣਾ ਚਾਹੀਦਾ ਕਿਉਂਕਿ ਅਜੇ ਵੀ ਹੱਡੀ ਹੰਡਾਉਣ ਵਾਲੇ ਇਸ ਸਾਕੇ ਨੂੰ ਉਹ ਮੌਜੂਦ ਨੇ ਤੇ ਸਮਾਂ ਜਿਹੜਾ ਹੈ ਉਹ ਤੇਜ਼ੀ ਨਾਲ ਲੰਘਦਾ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਾਂਗੇ ਕਿ ਵਿਦਵਾਨਾਂ ਨੂੰ ਦਾ ਇੱਕ ਪੈਨਲ ਬਣਾ ਕੇ ਇੱਕ ਵੱਡਾ ਦਸਤਾਵੇਜ਼ ਜਿਹੜਾ ਹੈ ਇਸ ਕੱਲੂਘਾਰੇ ਦੇ ਸੰਬੰਧ ਦੇ ਵਿੱਚ ਤਿਆਰ ਕਰਵਾ ਕੇ ਜਿਹੜਾ ਰੱਖਿਆ ਜਾਵੇ ਸਾਰੇ ਇਤਿਹਾਸ ਨੂੰ ਫਰੋਲਿਆ ਜਾਏ ਸਾਰੇ ਜਿਹਨਾਂ ਨੇ ਹੱਡੀ ਹੰਡਾਇਆ ਉਹਨਾਂ ਦੇ ਬਿਆਨ ਕਲਮਬੱਧ ਕੀਤੇ ਜਾਣ ਇੰਟਰਵਿਊਆਂ ਕਈਆਂ ਨੇ ਕੀਤੀਆਂ ਨੇ ਵਾਹਿਗੁਰੂ ਨੂੰ ਪਿਆਰੇ ਹੋ ਚੁੱਕੇ ਨੇ ਉਹਨਾਂ ਨੂੰ ਜਿਹੜਾ ਪੜਤੋਲਿਆ ਜਾਵੇ ਅਤੇ ਇੱਕ ਵੱਡਾ ਦਸਤਾਵੇਜ਼ ਜਿਹੜਾ ਹੈ ਤਿਆਰ ਹੋਣਾ ਚਾਹੀਦਾ ਹੈ ਅਤੇ ਉਹਨੂੰ ਫਿਰ ਸਾਰੀਆਂ ਭਾਸ਼ਾਵਾਂ ਦੇ ਵਿੱਚ ਛਪਵਾ ਕੇ ਦੁਨੀਆ ਭਰ ਦੇ ਵਿੱਚ ਪਹੁੰਚਾਇਆ ਜਾਣਾ ਚਾਹੀਦਾ ਸਿੰਘ ਸਾਹਿਬ ਜੀ ਇੱਕ ਸਮਾਗਮ ਦੇ ਦੌਰਾਨ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲੱਗ ਜਾਂਦੇ ਨੇ ਕੀ ਇਹ ਜਾਇਜ਼ ਦੇਖੋ ਕੌਮ ਦੇ ਅੰਦਰ ਜੋਸ਼ ਹੈਗਾ ਉਸ ਜੋਸ਼ ਨੂੰ ਪ੍ਰਗਟ ਕਰਨ ਦੇ ਲਈ ਸਮਾਗਮ ਦੀ ਸਮਾਪਤੀ ਤੋਂ ਬਾਅਦ ਜੇ ਕੋਈ ਨਾਰੇ ਲਾਉਂਦਾ ਮੈਂ ਜਿਹੜਾ ਹੈ ਉਹ ਗਲਤ ਨਹੀਂ ਕਹਿੰਦਾ ਲੇਕਿਨ ਸਮਾਗਮ ਦੇ ਦੌਰਾਨ ਜਿਹੜਾ ਹੈ ਨਾਰੇ ਲਾ ਕੇ ਉਹਨੂੰ ਜਿਹੜਾ ਵਿਗੜ ਪਾਉਣਾ ਇਹ ਠੀਕ ਨਹੀਂ ਹੈ ਬਾਅਦ ਦੇ ਵਿੱਚ ਕੋਈ ਅਗਰ ਨੌਜਵਾਨ ਸਾਡੇ ਜੋਸ਼ ਚ ਆ ਕੇ ਲਾਉਂਦੇ ਆ ਤਾਂ ਮੈਂ ਇਹਨੂੰ ਜਿਹੜਾ ਬਿਲਕੁਲ ਵੀ ਗਲਤ ਨਹੀਂ ਅੱਜ ਵੀ ਭਾਰਤੀ ਸਰਕਾਰ ਦੀ ਜਿਹੜੀ ਪੇਸ਼ਕਾਰੀ ਹੈ ਉਹ ਸਿੱਖ ਵਿਰੋਧੀ ਹੋਈ ਹੈ ਜਿੰਨੀ ਪੇਸ਼ਕਾਰੀ ਹੁਣ ਤੱਕ ਹੋ ਰਹੀ ਹੈ ਸਿੱਖ ਦੇਖੋ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਧਾਰਮਿਕ ਸਥਾਨ ਖੋਲ੍ਹਣ ਦਾ ਸਵਾਗਤ ਹੈ ਅਤੇ ਪੰਜਾਬ ਸਰਕਾਰ ਨੂੰ ਵੀ ਧਾਰਮਿਕ ਸਥਾਨ 8 ਤਰੀਕ ਨੂੰ ਖੋਲ੍ਹਣੇ ਚਾਹੀਦੇ ਹੈ ਕਿਉਂਕਿ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਸਿੱਖ ਖੁੱਲ੍ਹੇ ਦਰਸ਼ਨ ਦਾਰਿਆਂ ਦੀ ਤਾਂਘ ਰੱਖਦਾ ਅਤੇ ਇਸ ਲਈ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਖੁੱਲੇ ਦਰਸ਼ਨ ਹੋਣ, ਸੰਗਤਾਂ ਨੂੰ ਰੋਕਣਾ ਹੋਵੇ, ਇਹੋ ਹੀ ਬਸ ਅਸੀਂ ਪਾਕਿਸਤਾਨ ਦੀ ਮੰਗ ਪਾਕਿਸਤਾਨ ਦੀ ਮੰਗ ਜੇ ਸਾਨੂੰ ਮਿਲ ਜੇ ਤੇ ਅੰਨਾ ਜੀ ਭਾਲੀ ਚਾਰ ਰੱਖਾਂ ਬੇਗਮਪੁਰਾ ਦੀ ਨਿਉਂ ਜਿਹੜੀ ਹੈ ਉਹ ਤਾਂ ਗੁਰੂ ਨਾਨਕ ਸਾਹਿਬ ਨੇ ਰੱਖਤੀ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਹੈ। ਇਹ ਬਹੁਤ ਵੱਡਾ ਸਾਡਾ ਇੱਕ ਮਹਾਨ ਸੁਤੰਤਰ ਸੰਕਲਪ ਹੈ। ਜਿਹੜੀ ਖਾਲਿਸਤਾਨ ਦੀ ਮੰਗ ਹੈ ਕਿ ਜਾਇਜ਼ ਕਿੰਨੇ ਵੀ ਦੇਰ ਤੱਕ ਪੂਰੀ ਹੋਣੀ ਚਾਹੀਦੀ। ਮੈਂ ਕਹਿ ਦਿੱਤਾ ਹੈਗਾ ਕਿ ਜੇ ਭਾਰਤ ਸਰਕਾਰ ਦਿੰਦੀ ਹੈ ਸਾਨੂੰ ਤੇ ਅਸੀਂ ਲਵਾਂਗੇ। ਤੁਸੀਂ ਡਿਮਾਂਡ ਕਰਦੇ ਹੋ ਵੈਸੇ ਆਪ, ਜੇ ਸਾਨੂੰ ਦੇਊਗੀ ਤੇ ਅਸੀਂ ਲਵਾਂਗੇ। ਨਹੀਂ ਤੁਸੀਂ ਡਿਮਾਂਡ ਕਰਦੇ ਹੋ, ਦੁਨੀਆ ਭਰ ਦੇ ਵਿੱਚ ਕਿਹੜਾ ਸਿੱਖ ਹੈ ਜਿਹੜਾ ਨਹੀਂ ਇੱਛਾ ਰੱਖਦਾ। ਸੰਤਾਂ ਦੀ ਜਿਉਂਦਾ ਨੂੰ ਸੋਚ ਨੂੰ ਜਿਉਂਦਾ ਰੱਖਣਾ ਜਿਹੜਾ ਹੈ ਬੜਾ ਜ਼ਰੂਰੀ ਹੈ। ਉਹਦੇ ਲਈ ਮੈਂ ਕਹਿ ਰਿਹਾ ਕਿ ਇਤਿਹਾਸ ਜਿਹੜਾ ਹੈ ਉਹਨੂੰ ਕਲਮਬੱਧ ਕਰਨਾ ਬੜਾ ਜ਼ਰੂਰੀ ਹੈ ਕਿ ਉਸ ਵਕਤ ਕੀ ਹੋਇਆ ਕੀ ਨਹੀਂ ਹੋਇਆ ਕੀ ਉਹਨਾਂ ਦੀ ਸੋਚ। ਕਪਤਾਨ ਸਾਹਿਬ, ਇੱਕ ਸ਼ਹੀਦੀ ਗੈਲਰੀ ਜਿਹੜੀ ਅਸੀਂ ਬਣਾਉਣ ਜਾ ਰਹੇ ਸੀ ਉਹ ਕਾਫੀ ਜ਼ਿਆਦਾ ਕੰਮ ਪੈਂਡਿੰਗ ਪਿਆ, ਲੰਮੇ ਸਮੇਂ ਤੋਂ ਕੁਛ ਨਹੀਂ ਚੱਲ ਰਿਹਾ। ਬੈਠੇ ਨੇ ਪ੍ਰਧਾਨ ਜੀ, ਇਹਨਾਂ ਨੂੰ ਜਾਣਕਾਰੀ ਪਹੁੰਚਾ ਦੇ, ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਪ੍ਰਧਾਨ ਜੀ ਨਾਲ ਕਰ ਲਈਏ ਜੀ। ਪ੍ਰਧਾਨ ਜੀ, ਪ੍ਰਧਾਨ ਜੀ ਤੁਸੀਂ ਬੋਲਦੇ ਅੱਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਔਰ ਦੂਸਰਾ, ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ 84 ਜੂਨ ਦਾ ਘੱਲੂਘਾਰਾ ਦਿਵਸ ਜਿਹੜਾ ਹੈ ਇਹ ਮਨਾਇਆ ਜਾਂਦਾ ਹੈ, ਕਿਉਂਕਿ ਜੋ 84 ਜੂਨ ਦੇ ਵਿੱਚ ਹਿੰਦੁਸਤਾਨ ਦੀ ਕਾਂਗਰਸ ਸਰਕਾਰ ਵੱਲੋਂ ਇੰਦਰਾ ਗਾਂਧੀ ਵੱਲੋਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ ਔਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਗੋਲੀਆਂ ਮਾਰੀਆਂ ਗਈਆਂ, ਸੋ ਉਹਨਾਂ ਮਹਾਨ ਸ਼ਹੀਦ ਦੀ ਯਾਦ ਦੇ ਵਿੱਚ, ਕਿਉਂਕਿ ਉਸ ਇੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦੇ ਹੋਏ ਆ, ਬਹੁਤ ਸਾਰੀਆਂ ਸੰਗਤਾਂ ਇੱਥੇ ਆਈਆਂ ਸਨ, ਉਹਨਾਂ ਦੇ ਬੱਚੇ ਬੁੱਢੇ ਬੀਬੀਆਂ ਉਹਨਾਂ ਸਾਰਿਆਂ ਨੂੰ, ਔਰ ਉਸ ਸਮੇਂ ਦੀ ਸਰਕਾਰ ਨੇ ਦੀ ਜਿਹੜੀ ਫੌਜ ਨੇ ਸ਼ਹੀਦ ਕਰ ਦਿੱਤਾ ਗਿਆ। ਸੋ ਇਸ ਤੋਂ ਇਲਾਵਾ ਕੌਮ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਰੇ ਸਾਥੀਆਂ ਭਾਈ ਅਮਰੀਕ ਸਿੰਘ ਜੀ, ਸੰਤ ਬਾਬਾ ਠਾਰਾ ਸਿੰਘ ਜੀ ਔਰ ਜਰਮ ਜਵੇਰ ਸਿੰਘ ਜੀ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਸਾਰੀਆਂ ਮਹਾਨ ਸ਼ਹੀਦਾਂ ਨੂੰ ਯਾਦ ਕਰਨ ਦੇ ਵਾਸਤੇ ਹਰ ਸਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਮਾਗਮ ਕੀਤੇ ਜਾਂਦੇ ਨੇ ਔਰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਨੇ। ਸੋ ਇਸ ਸਾਲ ਵੀ ਸੰਗਤਾਂ ਨੇ ਸਾਰਾ ਉਹ ਸਮਾਗਮ ਜਿਹੜਾ ਹੈ ਮਨਾਇਆ, ਭਾਵੇਂ ਲੋਕਡਾਊਨ ਹੋਣ ਕਰਕੇ ਖੁੱਲ੍ਹੇ ਤੌਰ 'ਤੇ ਸਾਰੀਆਂ ਸੰਗਤਾਂ ਨਹੀਂ ਪਹੁੰਚ ਸਕੀਆਂ ਔਰ ਬਹੁਤ ਸਾਰੀਆਂ ਸੰਗਤਾਂ ਆਈਆਂ ਨੇ, ਬਹੁਤ ਸਾਰੀਆਂ ਸੰਗਤਾਂ ਨੇ ਆਪਣੇ ਘਰਾਂ ਦੇ ਵਿੱਚ ਹੀ ਰਹਿ ਕੇ ਇਹਨਾਂ ਮਹਾਨ ਸ਼ਹੀਦਾਂ ਨੂੰ ਔਰ ਸ਼ਰਧਾਂਜਲੀ ਭੇਟ ਕੀਤੀ ਹੈ, ਗੁਰੂ ਅੱਗੇ ਅਰਦਾਸ ਕੀਤੀ ਹੈ, ਸਿੱਖਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਮੈਂ ਸਮੁੱਚੀਆਂ ਸਿੱਖ ਸੰਗਤਾਂ ਦਾ, ਸਮੁੱਚੀਆਂ ਜਥੇਬੰਦੀਆਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਸਾਰਿਆਂ ਨੇ ਬਹੁਤ ਵੱਡਾ ਜਿਹੜਾ ਇਹ ਘੱਲੂਘਾਰਾ ਦਿਵਸ ਦੇ ਵਿੱਚ ਸਹਿਯੋਗ ਦਿੱਤਾ ਹੈ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰਧਾਨ ਜੀ, ਤੁਸੀਂ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਕਰਦੇ ਹੋ, ਸ਼੍ਰੋਮਣੀ ਕਮੇਟੀ ਵੱਲੋਂ ਸਿੱਖਾਂ ਦੀ ਹਰੇਕ ਮੰਗ ਨੂੰ ਭਾਰਤ ਸਰਕਾਰ ਅੱਗੇ ਰੱਖਿਆ ਜਾਂਦਾ, ਕੀ ਖਾਲਿਸਤਾਨ ਦੀ ਮੰਗ ਭਾਰਤ ਸਰਕਾਰ ਅੱਗੇ ਰੱਖੀ ਜਾਏਗੀ ਲਿਖਤੀ ਰੂਪ 'ਚ? ਦੇਖੋ, ਗੱਲ ਇਹ, ਸ਼੍ਰੋਮਣੀ ਕਮੇਟੀ ਦਾ ਆਪਣਾ ਕੋਈ ਏਜੰਡਾ ਹੁੰਦਾ ਹੈ, ਆਪਣਾ ਪ੍ਰੋਗਰਾਮ ਹੁੰਦਾ ਹੈ। ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੋਗਰਾਮ ਹੁੰਦੇ ਨੇ ਜਾਂ ਉਹਨਾਂ ਦੇ ਮਸਲੇ ਹੁੰਦੇ ਨੇ, ਉਹ ਹਮੇਸ਼ਾ ਅਸੀਂ ਜਿਹੜੀ ਹੈ ਭਾਰਤ ਸਰਕਾਰ ਹੋਵੇ, ਪੰਜਾਬ ਸਰਕਾਰ ਹੋਵੇ, ਉਹਦੇ ਅੱਗੇ ਰੱਖਦੇ ਹਾਂ। ਇਹ ਖਾਲਿਸਤਾਨ ਦੀ ਮੰਗ ਆਪਾਂ ਰੱਖਾਂਗੇ ਜੀ, ਉਹਦੇ ਬਾਰੇ ਸਾਰਾ ਤੁਹਾਨੂੰ ਸਪਸ਼ਟ ਕਰਤਾ ਸਿੰਘ ਸਾਹਿਬ ਨੇ ਤੇ ਉਹ ਬਾਰ ਬਾਰ ਗੱਲਾਂ ਨਹੀਂ ਆਪਾਂ ਕਰ ਸਕਦੇ। ਸ਼੍ਰੋਮਣੀ ਕਮੇਟੀ ਦੀ, ਸ਼੍ਰੋਮਣੀ ਕਮੇਟੀ ਦੀ ਜਿਹੜੀ ਖਾਲਿਸਤਾਨ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਸਿੱਖਾਂ ਵੱਲੋਂ, ਉਹ ਜਾਇਜ਼ ਕਿਉਂਕਿ ਦੇਸ਼ ਵਿਦੇਸ਼ ਦੀਆਂ ਸਿੱਖਾਂ ਚਾਹੁੰਦੀਆਂ?
ਦੇਖੋ ਜਿੱਥੋਂ ਖਾਲਿਸਤਾਨ ਦੀ ਮੰਗ ਹੈ ਉਹ ਸਾਰੀ ਗੱਲ ਕੀਤੀ ਹੈ ਸਿੰਘ ਸਾਹਿਬ ਨੇ ਵੀ ਕਿਹਾ ਜੇ ਕੋਈ ਸਾਨੂੰ ਦਿੰਦਾ ਅਸੀਂ ਲੈ ਲਾਂਗੇ ਨਹੀਂ ਨਹੀਂ ਆਪਾਂ ਮੰਗ ਕਰਾਂਗੇ ਵਧੀਆ ਸੁਭਾਅ ਹੈ ਸਿੰਘ ਇਨਕਾਰ ਕੋਈ ਕਰ ਸਕਦਾ ਕੋਈ ਸਿੱਖ ਵੀ ਇਨਕਾਰ ਨਹੀਂ ਕਰ ਸਕਦਾ ਭਰੋਸਾ ਕਿਆ ਕੋਈ ਨਹੀਂ ਦਿੰਦਾ ਜੀ ਹਾਂ ਪ੍ਰਧਾਨ ਸਾਹਿਬ ਇੱਕ ਗੱਲ ਚੱਲ ਰਹੀ ਹੈ ਕਿ ਸੈਂਟਰ ਤੇ ਸ਼੍ਰੋਮਣੀ ਕਮੇਟੀ ਵਿਚਕਾਰ ਇੱਕ ਗੱਲਬਾਤ ਦਾ ਇੱਕ ਮਤਲਬ ਇੱਕ ਰਾਹ ਤਿਆਰ ਕੀਤਾ ਜਾ ਰਿਹਾ ਕਿ ਜਿਹੜੇ ਡੈਮੇਜ ਦਾ ਕੇਸ ਪਾਇਆ ਹੋਇਆ ਦਿੱਲੀ ਹਾਈ ਕੋਰਟ 'ਚ ਉਹਦੇ ਬਾਰੇ ਮਤਲਬ ਜਿਹੜੀ ਮੀਟਿੰਗ ਦਾ ਵੀ ਚੱਲ ਰਹੀ ਚਰਚਾ ਚੱਲ ਰਹੀ ਆ ਉਹ ਮੀਟਿੰਗ ਤੁਸੀਂ ਕਰਨ ਲਈ ਤਿਆਰ ਹੋ ਜਾਂ ਮਤਲਬ ਕਿਵੇਂ ਦੇਖੋ ਸਾਰੇ ਅਸੀਂ ਵਿਚਾਰ ਵਟਾਂਦਰਾ ਕਰਾਂਗੇ ਉਹ ਸਾਡਾ ਕੇਸ ਜਿਹੜਾ ਹੈਗਾ ਉੱਥੇ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਹਜ਼ਾਰ ਕਰੋੜ ਦਾ ਉਸ ਵੇਲੇ ਟੌੜਾ ਸਾਹਿਬ ਨੇ ਜੋ ਪ੍ਰਧਾਨ ਸੀ ਉਹਨਾਂ ਨੇ ਇਹ ਕੇਸ ਕੀਤਾ ਸੀ ਔਰ ਸਾਡੇ ਜਿਹੜੇ ਲੀਗਲ ਨੇ ਸਾਡੇ ਜਿਹੜੇ ਔਰ ਜਿਹੜੇ ਵੀ ਵਕੀਲ ਨੇ ਉਹਨਾਂ ਨਾਲ ਸਾਰੀ ਰਾਏ ਕਰਾਂਗੇ ਰਾਏ ਕਰਕੇ ਜਿਵੇਂ ਵੀ ਸਾਰਿਆਂ ਦੀ ਰਾਏ ਬਣੂਗੀ ਉਹ ਕੀਤਾ ਜਾਵੇ ਪ੍ਰਧਾਨ ਜੀ 8 ਤਰੀਕ ਨੂੰ ਖੋਲ੍ਹੇ ਜਾਂਦੇ ਧਾਰਮਿਕ ਸਥਾਨ ਗੁਰੂ ਘਰ ਤੇ ਕੀ ਤਿਆਰੀ ਖਾਸ ਕੀਤੀ ਗਈ ਸੰਗਤ ਤੋਂ ਸੁਰੱਖਿਆ ਸੋ ਮੈਂ ਸਭ ਤੋਂ ਪਹਿਲਾਂ ਤਾਂ ਬੜੀ ਸਵਾਗਤ ਵੀ ਕਰਦਾ ਭਾਰਤੀ ਸਰਕਾਰ ਵੱਲੋਂ ਕਿ ਉਹਨਾਂ ਨੇ ਜਿਹੜੇ ਧਾਰਮਿਕ ਸਥਾਨ ਨੇ ਗੁਰੂ ਘਰਾਂ ਨੂੰ ਖੋਲ੍ਹਣ ਦੀ ਜਿਹੜੀ ਹੈ ਉਹ ਐਲਾਨ ਕੀਤਾ ਗਾ ਔਰ ਪੰਜਾਬ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਇਹ ਖੁੱਲ੍ਹੇ ਤੌਰ 'ਤੇ ਜਿਹੜੇ ਨੇ ਗੁਰੂ ਘਰਾਂ ਨੂੰ ਔਰ ਸਿੱਖ ਸੰਗਤਾਂ ਦੇ ਭਾਵਨਾ ਨੂੰ ਮੱਦੇਨਜ਼ਰ ਰੱਖਦੇ ਹਾਂ ਔਰ ਸੰਗਤ ਨੂੰ ਦਰਸ਼ਨ ਕਰਨ ਵਾਸਤੇ ਗੁਰੂ ਘਰਾਂ ਨੂੰ ਖੋਲ੍ਹਿਆ ਜਾਵੇ ਜੋ ਸਰਕਾਰ ਦੀਆਂ ਹਦਾਇਤਾਂ ਨੇ ਜਾਂ ਜੋ ਸਿਹਤ ਵਿਭਾਗ ਦੀਆਂ ਹਦਾਇਤਾਂ ਨੇ ਔਰ ਉਹਨਾਂ ਨੂੰ ਜਿਹੜੀਆਂ ਉਹਨਾਂ ਦੀ ਪੂਰੀ ਪਾਲਣਾ ਕੀਤੀ ਜਾਊਗੀ ਡਿਸਟੈਂਸ ਜਿਹੜਾ ਸੋਸ਼ਲ ਡਿਸਟੈਂਸ ਵੀ ਰੱਖਿਆ ਜਾਊਗਾ ਸੈਨੀਟਾਈਜ਼ਰ ਦੀ ਵਰਤੋਂ ਕੀਤੀ ਜਾਵੇਗੀ ਉਹ ਸਾਰੀਆਂ ਹਦਾਇਤਾਂ ਦੀ ਪਾਲਣਾ ਜਿਹੜੀ ਹੈ ਉਹ ਕੀਤੀ ਜਾਵੇਗੀ ਸਿੰਘ ਸਾਹਿਬ ਨੇ ਇੱਕ ਸੁਝਾਅ ਦਿੱਤਾ ਸੀਗਾ ਕਿ ਸੰਗਤ ਨੂੰ ਮੰਜੀ ਸਾਹਿਬ ਦੀਵਾਨ ਨਾਲ ਬਿਠਾ ਦਿਓ 10-10 ਕਰਕੇ ਵੀ ਕਰਕੇ ਭੇਜ ਦਿਓ ਕਿਉਂਕਿ ਬਾਹਰ ਨਾਕਿਆਂ ਤੇ ਵੀ ਪੁਲਿਸ ਖੜੀ ਰਹਿੰਦੀ ਹੈ ਸਮਰੱਥ ਹੈ ਪ੍ਰਬੰਧ ਕਰਨ ਲਈ ਸ਼੍ਰੋਮਣੀ ਕਮੇਟੀ ਸਮਰੱਥ ਹੈ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਦੇ ਸਿਰ ਤੇ ਠੀਕ ਹੈ ਜੀ ਜਿਹੜੀ ਸਿੰਘ ਸਾਹਿਬ ਨੂੰ ਕਿਹਾ ਗਿਆ ਖਾਲਿਸਤਾਨ ਦੀ ਮੰਗ ਜਾਏ ਜੇ ਕੇਂਦਰ ਦੇਵੇ ਤਾਂ ਅਸੀਂ ਲਵਾਂਗੇ ਯਾਨੀ ਹਰਪ੍ਰੀਤ ਸਿੰਘ ਦੇ ਮਨ ਦੇ ਵਿੱਚ ਇਹ ਗੱਲ ਆਈ ਉਹਨਾਂ ਨੇ ਇਹ ਗੱਲ ਕਹੀ ਕਿ ਕੇਂਦਰ ਅਗਰ ਖਾਲਿਸਤਾਨ ਦਿੰਦਾ ਤਾਂ ਅਸੀਂ ਲਵਾਂਗੇ ਚੰਗੀ ਗੱਲ ਹੈ ਪੋਜ਼ਿਟਿਵ ਗੱਲ ਹੈ ਉਹਨਾਂ ਨੇ ਆਪਣੇ ਦਿਲ ਦੀ ਗੱਲ ਕੀਤੀ ਪਰ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਹਨ ਉਹਨਾਂ ਨੂੰ ਇਹ ਗੱਲ ਸਮਝ ਹੋਣੀ ਚਾਹੀਦੀ ਹੈ ਕਿ ਕੋਈ ਵੀ ਹਕੂਮਤ ਕਦੇ ਦਿਆ ਨਹੀਂ ਕਰਦੀ ਲੈਣਾ ਪੈਂਦਾ ਆਜ਼ਾਦੀ ਲੈਣੀ ਪੈਂਦੀ ਹੈ ਆਜ਼ਾਦੀ ਕਈ ਵਾਰੀ ਕਦੇ ਲੈਣੀ ਨਹੀਂ ਪੈਂਦੀ ਕਈ ਵਾਰੀ ਖੋਣੀ ਵੀ ਪੈਂਦੀ ਹੈ ਕਿਉਂਕਿ ਤੁਹਾਡਾ ਹੱਕ ਹੁੰਦਾ ਹੈ ਅਤੇ ਜਿਹੜਾ ਤੁਹਾਡਾ ਦੁਸ਼ਮਣ ਹੁੰਦਾ ਜਿਹਨੇ ਤੁਹਾਨੂੰ ਜਿਹਦਾ ਤੁਹਾਡੇ 'ਤੇ ਕਬਜ਼ਾ ਹੁੰਦਾ ਜਿਹੜਾ ਕਾਬਜ਼ ਧਿਰ ਹੁੰਦੀ ਹੈ ਕਾਬਜ਼ ਧਿਰ ਕਦੀ ਦਿੰਦੀ ਨਹੀਂ ਹੈ ਲੈਣੀ ਪੈਂਦੀ ਹੈ ਸੰਤ ਜਰਨੈਲ ਸਿੰਘ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਅੱਜ ਅਸੀਂ ਮਨਾ ਰਹੇ ਹਾਂ ਉਹ ਵੀ ਕਿਹਾ ਕਰਦੇ ਸੀ ਕਿ 47 ਵਾਲੀ ਗਲਤੀ ਨਹੀਂ ਕਰਾਂਗੇ ਜਦੋਂ ਦੇਣਗੇ ਇਸ ਵਾਰ ਅਗਰ ਦੇਣਗੇ ਤਾਂ ਜ਼ਰੂਰ ਲਵਾਂਗੇ ਸੋ ਉਹੀ ਗੱਲ ਥੋੜ੍ਹੇ ਜਿਹੇ ਫਰਕ ਅੱਖਰਾਂ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਦੁਹਰਾਈ ਹੈ ਪਰ ਉਹ ਉਸ ਰਾਹ 'ਤੇ ਤੁਰੇ ਹੋਏ ਸੀਗੇ ਗਿਆਨੀ ਹਰਪ੍ਰੀਤ ਸਿੰਘ ਉਸ ਰਾਹ 'ਤੇ ਤੁਰ ਪੈਣ ਕੌਮ ਆਪਣੇ ਆਪ ਉਹਨਾਂ ਨੂੰ ਮੰਨ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵੀ ਕਿਹਾ ਕਿ ਜੇ ਕੇਂਦਰ ਦੇਵੇਗਾ ਤਾਂ ਆਪਾਂ ਲਵਾਂਗੇ ਨਹੀਂ ਉਹਨਾਂ ਨੇ ਥਾਲੀ 'ਚ ਪਾ ਕੇ ਤਾਂ ਦੇਣੀ ਨਹੀਂ ਇਹ ਤਾਂ ਲੈਣੀ ਪੈਣੀ ਹੈ ਅਤੇ ਜਿਹੜੇ 36 ਸਾਲ ਤੋਂ ਕੌਮ ਲੱਗੀ ਹੋਈ ਹੈ ਆਪਾਂ ਨੂੰ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਚਾਹੀਦਾ ਆਪਣੇ ਆਪ ਮਿਲੇਗਾ ਜਦੋਂ ਕੌਮ ਇਕੱਠੀ ਹੋਏਗੀ ਅਤੇ ਗਿਆਨੀ ਹਰਪ੍ਰੀਤ ਸਿੰਘ ਅਗਵਾਈ ਕਰਨ ਤਾਂ ਕਿੱਦਾਂ ਹੋ ਸਕਦਾ ਕਿ ਖਾਲਿਸਤਾਨ ਸੜਕ ਤੋਂ ਦੂਰ ਹੋ ਜਾਵੇ ਤੁਹਾਨੂੰ ਮਤਲਬ ਸ਼੍ਰੋਮਣੀ ਕਮੇਟੀ ਲਿਖ ਕੇ ਦੇਣਾ ਚਾਹੀਦਾ ਜਾਂ ਇਹਦੇ ਉੱਪਰ ਕੋਈ ਹੁਣ ਵੱਡੀ ਮੀਟਿੰਗ ਕਰਨੀ ਜਿਹਦੇ ਕੇਂਦਰ ਨਾਲ ਕੋਈ ਨੇ ਕਿ ਜੇ ਦੇਣਗੇ ਜਿਹੜੀ ਕਾਬਜ਼ ਧਿਰ ਹੁੰਦੀ ਹੈ ਉਹ ਦਿੰਦੀ ਨਹੀਂ ਹੈ ਲੈਣੀ ਪੈਂਦੀ ਹੈ ਅਤੇ ਇਹ ਲੈਣ ਵਾਲੇ ਪਾਸੇ ਉਪਰਾਲੇ ਕਰਨ ਸ਼ੁਰੂ ਕਰਨ ਅਸੀਂ ਤਾਂ ਆਲਰੇਡੀ ਕਰ ਰਹੇ ਹਾਂ ਸਾਥ ਦੇਣ ਸਾਡਾ ਸਾਥ ਲੈਣ ਅੱਜ ਸ਼ੁਰੂਆਤ ਹੋ ਗਈ ਤਾਂ ਮਤਲਬ ਸ਼ੁਰੂਆਤ ਉੱਦਣ ਹੋਏਗੀ ਜਿੱਦਣ ਇਹ ਆਫਿਸ਼ੀਅਲੀ ਰੈਜ਼ੋਲਿਊਸ਼ਨ ਪਾ ਕੇ ਅਤੇ ਕੌਮ ਨੂੰ ਇਕੱਠਿਆਂ ਕਰਨਗੇ ਅਤੇ ਕੇਂਦਰ ਵੱਲ ਕੇਂਦਰ ਨੂੰ ਕਹਿਣਗੇ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ ਸਾਨੂੰ ਖਾਲਿਸਤਾਨ ਚਾਹੀਦਾ ਦੇ ਮਸਟ ਐਕਸਪ੍ਰੈਸ ਦੇਅਰ ਡਿਜ਼ਾਇਰ ਆਪਣੀ ਜਿਹੜੀ ਰੀਝ ਹੈ ਖਾਲਿਸਤਾਨ ਦੀ ਉਸ ਨੂੰ ਘੱਟੋ ਘੱਟ ਐਕਸਪ੍ਰੈਸ ਕਰਨ ਉਸਦਾ ਇਜ਼ਹਾਰ ਕਰਨ ਤੁਸੀਂ ਵੀ ਸਮਰਪਿਤ ਹੋਵੋਗੇ ਸ੍ਰੀ ਅਕਾਲ ਤਖਤ ਸਾਹਿਬ ਬਿਲਕੁਲ ਜੇ ਗਿਆਨੀ ਹਰਪ੍ਰੀਤ ਸਿੰਘ ਬਤੌਰ ਜਥੇਦਾਰ ਅਕਾਲ ਤਖਤ ਬੇਸ਼ੱਕ ਉਹ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਨੇ ਉਹਨਾਂ ਦੇ ਪੈਰਲਲ ਵੀ ਜਥੇਦਾਰ ਚੱਲ ਰਹੇ ਨੇ ਲੇਕਿਨ ਜੇ ਗਿਆਨੀ ਹਰਪ੍ਰੀਤ ਸਿੰਘ ਪਹਿਲਕਦਮੀ ਕਰਦੇ ਨੇ ਅਤੇ ਖਾਲਿਸਤਾਨ ਲਈ ਕਿਸੇ ਵੀ ਪ੍ਰਕਾਰ ਕਿਸੇ ਵੀ ਢੰਗ ਦੇ ਨਾਲ ਸੰਘਰਸ਼ ਕਰਦੇ ਨੇ ਅਸੀਂ ਸਾਥ ਦਿਆਂਗੇ